ਬਲਦੇਵ ਸਿੰਘ ਦਾ ਨੋਵਲ ਵਿਰਲਾ ਵਿੱਚੋਂ ਝਾਕਦੀ ਜ਼ਿੰਦਗੀ ਦਾ ਵੀ ਮੰਗ ਸਵੇਰੇ ਸਵੇਰੇ ਸਤੀ ਦੀ ਮਾਂ ਸਰਾਣੇ ਆਣ ਖੜੀ ਸ਼ਹਿਰ ਡਿਊਟੀ ਉੱਤੇ ਜਾਣ ਲਈ ਅਜੇ ਉੱਥੇ ਆਰ ਵੀ ਨਹੀਂ ਸੀ ਹੋਇਆ ਬੋਲੀ ਸਤੀ ਪੁੱਤ ਕੱਲ ਤੇਰੀ ਵੀਰੋਤਾਈ ਆਈ ਆਈ ਸੀ ਸੁਣਦੇ ਹੀ ਸਤੀ ਨੇ ਕੰਨ ਚੱਕ ਲਈ ਜ਼ਰੂਰ ਕੋਈ ਜਵਾਲਾ ਸਿੰਘ ਦੀ ਗੱਲ ਹੋਣੀ ਹੈ ਕਹਿਲਾ ਗਾਲਾਂ ਵੀ ਕੱਢ ਕੇ ਗਿਆ ਕੋਰੇ ਦੇ ਘਰੇ ਸਤੀ ਨੂੰ ਚੁੱਪ ਵੇਖ ਕੇ ਬੋਲੀ ਤੇਰੇ ਲਈ ਪਤੋਂ ਨਹੀਂ ਇੱਕ ਕੁੜੀ ਦੀ ਦੱਸ ਪਾਈ ਹੈ ਉਹ ਤੈਨੂੰ ਵੇਖਣ ਆਉਣਗੇ ਵੇ ਬਤੂ ਵੀ ਕਮਲੀਆਂ ਮਾਰਦੀ ਰਹਿੰਨੀ ਐ ਵਿਆਹ ਦੀ ਉਮਰ ਮੇਰੀ ਕਿੱਥੋਂ ਰਹਿ ਗਈ ਭਲਾ ਸ਼ਰਮ ਨਾ ਆਉ ਹੁਣ ਵਿਆਹ ਕਰਾਉਂਦੇ ਨੂੰ ਹੈ ਕੁਮਲਾ ਨਸਿਆਣ ਕੀ ਹੋ ਗਿਆ ਉਮਰ ਨੂੰ ਧੌਲੀਆਂ ਦਾੜੀਆਂ ਵਾਲੇ ਵਿਆਹ ਕਰਾਈ ਜਾਂਦੇ ਆ ਉਹਨਾਂ ਨੂੰ ਤਾਂ ਆਉਂਦੀ ਨਹੀਂ ਸ਼ਰਮ ਨਾਲੇ ਪੁੱਤ ਜਿੰਨਾ ਚਿਰ ਮੈਂ ਬੈਠੀ ਆ ਬਹੁਤਾਂ ਨੂੰ ਰੋਟੀ ਦੇਈ ਜਾਂਦੀ ਐ ਮਗਰੋਂ ਜੇ ਉਹਨੇ ਕਿਹਾ ਮੈਂ ਤਾਂ ਨਹੀਂ ਰੋਟੀ ਫੜਾਉਣੀ ਫੇਰ ਬੇਬੇ ਦੀ ਇਸ ਗੱਲ ਦਾ ਸੱਤੀ ਕੋਲ ਕੋਈ ਜਵਾਬ ਨਹੀਂ ਸੀ ਫੇਰ ਦੀ ਫੇਰ ਵੇਖੀ ਜੋ ਬੇਬੇ ਦੁਨੀਆ ਚ ਸਾਰੇ ਤਾਂ ਨਹੀਂ ਵਿਆਹ ਹੀ ਫਿਰਦੇ ਮੇਰੇ ਵਰਗੇ ਵੀ ਬਥੇਰੇ ਆ ਨਾ ਮੇਰਾ ਪੁੱਤ ਦੁਖੀ ਹੋ ਕੇ ਵੀਰੋ ਦੋ ਵਾਰ ਪੇਕੀ ਗਈ ਮੈਨੂੰ ਕਹਿੰਦੀ ਸੀ ਸੱਤੀ ਪੁੱਤ ਨੇ ਮੇਰਾ ਇੰਨਾ ਕੰਮ ਕੀਤਾ ਉਹਦਾ ਘਰ ਬਸਾ ਕੇ ਸਾਹ ਲੂੰ ਕੀ ਰਹੂ ਵਿਚਾਰੇ ਦੀ ਤੂੰ ਨਾ ਕਰਦੀ ਤਾਂ ਪੇਕੀ ਜਾਣ ਜੋਗੀ ਨਹੀਂ ਰਹਿਣੀ ਤੂੰ ਨਾ ਨ ਕਰੀ ਵੀਰੋ ਤਾਈ ਨੂੰ ਦੱਸ ਦੇ ਜਿਸ ਦਿਨ ਤੈਨੂੰ ਛੁੱਟੀ ਹੋਈ ਉਹ ਆ ਜਾਣਗੇ ਗੱਲਾਂ ਕਰਦੀ ਬੇਬੇ ਸੱਤੀ ਦਾ ਮੋਢਾ ਵੀ ਫਲੋਸਦੀ ਰਹੀ ਕੋਈ ਨਾ ਬੇਬੇ ਦੇਖਦੇ ਆ ਉਹਦੀ ਕਿ ਸਹਿਮਤੀ ਨਾਲ ਬੋਲਿਆ ਤੇ ਸ਼ਹਿਰ ਜਾਣ ਲਈ ਤਿਆਰ ਹੋਣ ਲੱਗਾ ਜਾਣ ਲੱਗੇ ਸਤੀ ਨੇ ਕੋਰੇ ਦੇ ਘਰ ਵੱਲ ਸਾਈਕਲ ਮੋੜ ਲਿਆ ਉਹਨੂੰ ਵੇਖ ਕੇ ਵਿੜਾ ਸੰਬਰ ਦੀ ਪਦਮਾ ਬੋਲੀ ਕੋਰਾ ਸਿੰਘ ਤਾਂ ਉੱਠਿਆ ਨਹੀਂ ਹੈਗਾ ਸਾਈਕਲ ਖੜਾ ਆ ਕੇ ਸਤੀ ਨੇ ਅੰਦਰ ਜਾ ਕੇ ਉਹਦੀ ਰਜਾਈ ਖਿੱਚੀ ਤਾਂ ਕੋਰਾ ਅੱਖਾਂ ਉੱਪਰ ਹੱਥ ਧਰਦਾ ਬੋਲਿਆ ਕੰਜਰ ਦੀਏ ਸੌਣ ਦੇ ਨਾ ਅਜੇ ਸਬਰ ਨਹੀਂ ਆਇਆ ਤੈਨੂੰ ਓਏ ਓਏ ਕੀ ਬਕੀ ਜਾਣਾ ਦਿਨ ਵੇ ਕਿੱਡਾ ਚੜਿਆ ਸੱਤੀ ਨੂੰ ਸਰਾਣੇ ਖੜਾ ਵੇਖ ਕੇ ਕੋਰਾ ਕੱਚਾ ਜਾ ਹੋ ਗਿਆ ਮੈਂ ਸੋਚਿਆ ਕਿ ਤੇ ਮੈਂ ਉਹਨੂੰ ਗੱਲ ਨਾ ਔੜੀ ਫਿਰ ਫਿਰ ਬੋਲਿਆ ਰਾਤ ਮੈਂ ਜਿਆਦਾ ਹੀ ਸ਼ਰਾਬੀ ਹੋ ਗਿਆ ਉਹਨੇ ਦੋਹਾਂ ਹੱਥਾਂ ਨਾਲ ਸਿਰ ਘੁੱਟਿਆ ਸਿਰ ਤਾਂ ਸਾਲਾ ਜਿਵੇਂ ਹੈ ਹੀ ਨਹੀਂ ਮੋੜਿਆ ਤੇ ਲੱਗਦਾ ਕਰੰਟ ਭੰਨਣੀ ਪਊ ਧਿਆਨ ਨਾਲ ਸੁਣ ਮੇਰੀ ਗੱਲ ਤੇ ਫਿਰ ਸੱਤੀ ਨੇ ਤਾਈ ਵੀਰੋ ਵਾਲੀ ਸਾਰੀ ਕਥਾ ਸੁਣਾਉਂਦਿਆਂ ਕਿ ਉਹਦਾ ਕਹਿੰਦੀ ਆ ਮੈਨੂੰ ਵੇਖਣ ਲਈ ਆਉਣਗੇ ਡਰੀ ਕਿਉਂ ਜਾਣਾ ਮਰਦ ਬਣ ਕੋਰੇ ਨੇ ਉਬਾਸੀ ਲੈਂਦੇ ਆ ਹਲਾ ਸ਼ੇਰੀ ਦਿੱਤੀ ਉਹ ਖਾਲੀ ਜੇਬ ਨਾਲ ਮਰਦ ਕਿਵੇਂ ਬਣਿਆ ਜਾਊ ਕੀ ਮਤਲਬ ਹੈ ਤੇਰਾ ਯਾਰ ਇੰਨੀ ਕਿ ਤਨਖਾਹ ਨਾਲ ਗੁਜ਼ਾਰਾ ਕਿਵੇਂ ਹੋ ਤੇ ਉਹ ਜਿਹੜੀ ਕਾਲਜ ਵਾਲੀ ਆ ਤੇਰੀ ਬੇਲਣ ਉਹਦਾ ਆਚਾਰ ਪਾਣਾ ਜਾ ਖੜੀ ਉਹਦੇ ਕੋਲ ਨਾਲੇ ਉਹ ਖੁਸ਼ ਨਾਲੇ ਤੇਰੀ ਕਬੀਲਦਾਰੀ ਰੜਕੂ ਤੈਨੂੰ ਯਾਰ ਦੁਨੀਆਦਾਰੀ ਨਹੀਂ ਆਉਂਦੀ ਬਸ ਇੱਕ ਦੋ ਦਿਨਾਂ ਲਈ ਸਮਝ ਲਈ ਕਾਰਾ ਆ ਗਿਆ ਤੇਰੇ ਚ ਸਾਰੇ ਕੰਮ ਰਾਸ ਆ ਜਾਣਗੇ ਉਹਨੇ ਰਜਾਈ ਲੱਤਾਂ ਨਾਲ ਹੀ ਪੈਂਦਵਾਲ ਤੱਕਤੀ ਤੇ ਪਦਮ ਨੂੰ ਆਵਾਜ਼ ਮਾਰੀ ਚਾਹ ਤੇਰਾ ਮਾਮਾ ਪਿਆਊ ਆ ਕੇ ਕੈਲਾ ਫੇਰ ਤਾਂ ਨਹੀਂ ਆਇਆ ਸੱਤੀ ਨੇ ਪੁੱਛਿਆ ਆ ਜਾਂਦਾ ਫੇਰ ਕੀ ਸੀ ਆ ਵੇਖ ਉਹਨੇ ਸਹਰਾਣੇ ਪਿਆ ਦਾਤ ਚੁੱਕ ਕੇ ਵਿਖਾਇਆ ਇੱਕ ਕੈਲੇ ਦੇ ਦੋ ਕੈਲੇ ਬਣਾ ਦੇਣੇ ਸੀ ਤੂੰ ਬੈਠ ਹੁਣ ਚਾਹ ਪੀ ਕੇ ਜਾਇ ਮੈਨੂੰ ਦੇਰ ਹੋ ਜਾਣੀ ਐ ਰਾਤ ਨੂੰ ਮਿਲੂੰ ਜੇ ਵੇਲੇ ਸਿਰ ਆ ਗਿਆ ਆ ਕੇ ਸੱਤੀ ਸਾਈਕਲ ਲੈ ਕੇ ਚਲਾ ਗਿਆ ਸ਼ਹਿਰ ਵਾਲ ਜਾਂਦਾ ਸੱਤੀ ਅੱਜ ਸੋਚ ਰਿਆ ਸੀ ਜੇ ਹੁਸਨ ਪ੍ਰੀਤ ਮਾਲ ਚ ਆ ਗਈ ਕਿਵੇਂ ਮੱਥੂ ਮੱਥੇ ਲੱਗੂ ਉਹਦੇ ਫੋਨ ਕਰਕੇ ਮੈਂ ਤਾਂ ਉਹਦਾ ਹਾਲ ਵੀ ਨਹੀਂ ਪੁੱਛਿਆ ਕੀ ਸੋਚਦੀ ਹੋਊਗੀ ਮੇਰੇ ਬਾਰੇ ਕੋਈ ਤੀਵੀ ਹੋ ਵੀ ਆ ਸਕਦੀ ਐ ਮੈਨੂੰ ਤੇਰੇ ਚੋਂ ਵਾਰਿਸ ਮੈਂ ਤਾਂ ਸਖਤੇ ਚ ਆ ਗਿਆ ਸੀ ਕੀ ਕਹਿੰਦਾ ਕੋਰਾ ਤਾਂ ਕਹਿੰਦਾ ਜੇ ਤੇਰੀ ਥਾਂ ਮੈਂ ਹੁੰਦਾ ਉਹ ਬੇਸੁੱਧ ਕਿਉਂ ਹੋ ਗਈ ਸਦਮਾ ਲੱਗਾ ਉਹ ਉਹਦੇ ਚਿੱਤ ਚ ਨਹੀਂ ਹੋਣਾ ਅਚਾਨਕ ਟੈਲੀਫੋਨ ਸਾਰੀ ਖੇਡ ਵਿਗਾੜ ਦੇ ਮੈਨੂੰ ਵੀ ਐਂ ਲੱਗਿਆ ਜਿਵੇਂ ਕਿਸੇ ਨੇ ਆਕਾਸ਼ ਚੋਂ ਡੇ ਨੂੰ ਜ਼ਮੀਨ ਤੇ ਪਟਕ ਦਿੱਤਾ ਹੋਵੇ ਮੈਂ ਤਾਂ ਇੱਕਦਮ ਠੰਡਾ ਹੋ ਗਿਆ ਕੋਰਾ ਤਾਂ ਕਹਿੰਦਾ ਸੀ ਸਾਹਮਣੇ ਨੋਟ ਵੀ ਪਏ ਸੀ ਸੋਹਣੀ ਤੀਵੀ ਵੀ ਸੀ ਦਿੱਥੂ ਵੇਲੇ ਨਹੀਂ ਸਾਂਭਿਆ ਗਿਆ ਸੱਚੀ ਗੱਲ ਤਾਂ ਇਹ ਆ ਵੇਲਾ ਸਾਹਮਦਾ ਕਿਵੇਂ ਉੰਜ ਕਮਾਲ ਹੋ ਜਾਣਾ ਸੀ ਕਿੱਥੇ ਹਸਨਪ੍ਰੀਤ ਮਹਿਲ ਅਰਗੀ ਉਹਦੀ ਕੋਠੀ ਸਜਿਆ ਡਰਾਇੰਗ ਰੂਮ ਨੌਕਰ ਚੱਕਰ ਪਹਿਰੇਦਾਰ ਏਡੇ ਅਮੀਰ ਘਰਾਣੇ ਦੀ ਨੂੰ ਕਾਲਜ ਵੇਲੇ ਦੀ ਦੋਸਤੀ ਪਰ ਮੈਂ ਤਾਂ ਸਮਝਦਾ ਚੰਗਾ ਹੀ ਹੋਇਆ ਅਚਾਨਕ ਜੇ ਉਹਦਾ ਪਤੀ ਆ ਜਾਂਦਾ ਉਹਨੇ ਤਾਂ ਝੱਟ ਬਦਲ ਜਾਣਾ ਸੀ ਆਖਣਾ ਸੀ ਘਰ ਚ ਕੱਲੀ ਦੇਖ ਕੇ ਮੈਨੂੰ ਹੱਥ ਪਾ ਲਿਆ ਮੇਰੀ ਤਾਂ ਕਿਸੇ ਨੇ ਸੁਣਨੀ ਨਹੀਂ ਸੀ ਉਹਦੀ ਗੱਲ ਮੰਨੀ ਜਾਣੀ ਸੀ ਕੀ ਬਣਦਾ ਮੇਰਾ ਪਿੰਡ ਚ ਜਿਹੜੀ ਮਾੜੀ ਮੋਟੀ ਇੱਜ਼ਤ ਸੀ ਖੇਚ ਮਿਲ ਜਾਂਦੀ ਸ਼ਹਿਰ ਜਾਂਦੇ ਵੇਲੇ ਅਜੇ ਅੱਜ ਨਾ ਉਹਦਾ ਰਸਤੇ ਵੱਲ ਧਿਆਨ ਸੀ ਨਾ ਕੋਲੋਂ ਦੇ ਲੰਗਦੀਆਂ ਗੱਡੀਆਂ ਕਾਰਾਂ ਟਰੱਕਾਂ ਦੀ ਹੋਰਨਾ ਨੇ ਉਹਦੀ ਮਨੋਵਿਰਤੀ ਭੰਗ ਕੀਤੀ ਸਭ ਕਾਸੇ ਤੋਂ ਨਿਰਲੇਪ ਉਹ ਆਪਣੇ ਆਪ ਨਾਲ ਹੀ ਉਲਝਿਆ ਸਾਈਕਲ ਚਲਾਈ ਜਾ ਰਿਹਾ ਸੀ ਕਦੇ ਉਸ ਘੜੀ ਨੂੰ ਨਿੰਦਣ ਲੱਗਦਾ ਕਦੇ ਲੱਗਦਾ ਮੈਂ ਚੰਗਾ ਕੀਤਾ ਕਦੇ ਦੁਖੀ ਹੋ ਜਾਂਦਾ ਆਸੇ-ਪਾਸੇ ਬਥੇਰੇ ਇਹੋ ਜਿਹਾ ਕੁਝ ਹੋ ਹੀ ਜਾਂਦਾ ਜਵਾਲਾ ਸਿੰਘ ਦੀਆਂ ਦੋਵੇਂ ਨੂਆਂ ਭਈਏ ਨੂੰ ਪਰਛਾਈਂ ਫਿਰਦੀਆਂ ਨਾਲੇ ਪਿੰਡ ਐ ਉਹ ਤਾਂ ਸ਼ਹਿਰ ਐ ਕਿਸੇ ਨੇ ਪੁੱਛਣਾ ਸੀ ਜਵਾਲੇ ਨੂੰ ਕਿਹੜਾ ਪਤਾ ਨਹੀਂ ਹੋਣਾ ਨੂੰਹ ਕੁਸਕਣ ਨਹੀਂ ਦਿੰਦੀਆਂ ਹੁਸਨਪ੍ਰੀਤ ਦਾ ਘਰ ਵਾਲਾ ਤਾਂ ਜਿਵੇਂ ਉਹਨੇ ਦੱਸਿਆ ਨਾ ਜਿਉਂਦਾ ਨਾ ਮਰਦਾ ਕੀ ਪਤਾ ਉਹ ਖੁਸ਼ੀ ਹੁੰਦਾ ਵਾਰਸ ਵੱਜਣਾ ਤਾਂ ਉਸੇ ਦਾ ਸੀ ਰਾਜਿਆਂ ਮਹਾਰਾਜਿਆਂ ਦੀ ਕਿੰਨੇ ਕਿੱਸੇ ਕਹਾਣੀਆਂ ਪੜਦੇ ਸੁਣਦੇ ਆ ਰਾਜੇ ਜੰਗਾਂ ਲੜਦੇ ਰਹਿੰਦੇ ਐ ਮਹਿਲਾਂ 'ਚ ਰਾਣੀਆਂ ਬੱਚੇ ਪੈਦਾ ਕਰਦੀਆਂ ਰਹਿੰਦੀਆਂ ਕਹਿੰਦੇ ਤਾਂ ਉਹਨਾਂ ਨੂੰ ਰਾਜਕੁਮਾਰੀ ਨੇ ਕਦੇ ਸੱਤੀ ਦਾ ਪੱਲੜਾ ਮੈਂ ਚੰਗਾ ਕੀਤਾ ਵੱਲ ਝੁੱਕ ਜਾਂਦਾ ਕਦੇ ਮੈਨੂੰ ਹੁਸਨਪ੍ਰੀਤ ਨੇ ਨੂੰ ਫੇਰ ਮਿਲਣਾ ਚਾਹੀਦਾ ਬਲ ਝੁੱਕ ਜਾਂਦਾ ਤੇ ਜੇ ਭਲਾ ਮੈਨੂੰ ਉਹ ਫੇਰ ਸੱਦੇ ਜਾਵਾ ਉਹ ਅਜੇ ਵੀ ਉਲਝਣ ਚੋਂ ਬਾਹਰ ਨਹੀਂ ਸੀ ਆਇਆ ਦੇਖਿਆ ਸਾਹਮਣੇ ਮਾਲ ਸੀ ਮਾਲ 'ਚ ਸੱਤੀ ਲਈ ਸਾਰਾ ਦਿਨ ਸਹਿਮ ਭਰਿਆ ਰਿਹਾ ਮਾਲ ਦੇ ਇੱਕ ਕਰਮਚਾਰੀ ਨੇ ਪੁੱਛਿਆ ਸਤਤੰਦ ਕੀ ਗੱਲ ਹੈ ਤਬੀਅਤ ਠੀਕ ਨਹੀਂ ਉਹਨੇ ਕਿਹਾ ਉੰਜ ਹੀ ਲੱਗਦਾ ਹੈ ਠੀਕ ਆ ਮੈਂ ਪਰ ਹਰ ਪਲ ਨੂੰ ਧੁੜਕੂ ਲੱਗਿਆ ਰਿਹਾ ਹਸਨ ਪ੍ਰੀਤ ਆਉਗੀ ਉਹਨੂੰ ਲਾਣਤ ਪਾਉਗੀ ਕੀ ਪਤਾ ਮਰਦ ਹੋਣ ਦਾ ਮੇਣਾ ਵੀ ਮਾਰੇ ਪਰ ਬਚਾਰਿਆ ਡਿਊਟੀ ਖਤਮ ਹੁੰਦਿਆਂ ਹੀ ਉਹ ਪਿੰਡ ਵੱਲ ਚੱਲ ਪਿਆ ਉਹ ਕੋਰੇ ਦੇ ਘਰ ਨਹੀਂ ਗਿਆ ਵੀਰੋ ਤਾਈ ਕੋਲ ਗਿਆ ਇਸ ਵੇਲੇ ਤਾਂ ਵੀਰੋ ਖਾਪ-ਖਾ ਕੇ ਪੈ ਗਈ ਸੀ ਬੂਆ ਖੁਲਦਿਆ ਸੱਤੀ ਨੇ ਕਿਹਾ ਤਾਈ ਇਸ ਵੇਲੇ ਘਰ ਆਉਣਾ ਕੀ ਕਰਾਂ ਬੇਬੇ ਨੇ ਆਖਿਆ ਆਪਣੀ ਤਾਈ ਨੂੰ ਮਿਲ ਕੇ ਆਈ ਤਾਈ ਕਾ ਨੂੰ ਦੁਖੀ ਹੁੰਦੀ ਫਿਰਦੀ ਐ ਹੁਣ ਕੋਈ ਮੇਰੀ ਉਮਰ ਐ ਵਿਆਹ ਦੀ ਮਾਂ ਸਦਕੇ ਆ ਜਾ ਪੁੱਤ ਤੇਰੀ ਮਾਂ ਨੇ ਦੱਸਿਆ ਨਹੀਂ ਤੈਨੂੰ ਅੰਦਰ ਵੱਲ ਜਾਂਦੀ ਵੀਰੋ ਨੇ ਪੁੱਛਿਆ ਦੱਸਿਆ ਦਸੀ ਤਾਈ ਕਹਿੰਦੀ ਸੀ ਤੇਰੀ ਤਾਈ ਕਾ ਕੁੜੀ ਵੇਖੀ ਫਿਰਦੀ ਐ ਤੇਰੇ ਆਸਤੇ ਵੀਰੋਂ ਨੇ ਸੱਤੀ ਆਪਣੇ ਕੋਲ ਬਿਠਾ ਲਿਆ ਮੰਜੇ ਉੱਪਰ ਪੁੱਤ ਬਾਲਾ ਹੀ ਥੜਿਆ ਘਰ ਐ ਦਾਜ ਦੇ ਲਾਲਚੀਆਂ ਨੇ ਤਾਂ ਦੀਆਂ ਕੁੜੀਆਂ ਦੀ ਜ਼ਿੰਦਗੀ ਨਰਕ ਬਣਾਤੀ ਵਿਆਹ ਉਡੀਕਦੀਆਂ ਬੁੱਢੀਆਂ ਹੋ ਗਈਆਂ ਮੇਰੀ ਪੇਕਿਆਂ ਦੇ ਘਰਾਂ ਚ ਹੀ ਐ ਕੁੜੀ ਪੁੱਤ ਕੰਮ ਦੀ ਕਰਿੰਦੀ ਮੂੰਹ ਮੱਥੇ ਲੱਗਦੀ ਬਸ ਪੁੰਨ ਦਾ ਕੰਮ ਹੀ ਐ ਪੁੱਤ ਮੈਂ ਤਾਂ ਪੁਤਾ ਖਾਈ ਮੁੰਡਾ ਵੀ ਸਾਡਾ ਸਾਊ ਹੈ ਕੋਈ ਵੈਲ ਨਹੀਂ ਨਸ਼ੇ ਨਹੀਂ ਕਰਦਾ ਦੱਸ ਕਿੱਦੇ ਆਉਣ ਦੇਖਣ ਉਹ ਤਾਂ ਕਹਿੰਦੇ ਸੀ ਭੈਣ ਤੂੰ ਵੇਖਿਆ ਮੁੰਡਾ ਤਾਂ ਅਸੀਂ ਕੀ ਵੇਖਣਾ ਮੈਨੂੰ ਮੰਨੀ ਪੁੱਤ ਮੈਂ ਆਖਿਆ ਨਾ ਭਾਈ ਇੱਕ ਵਾਰੀ ਆਪਣੀ ਨਿਗਾਹ ਚੋਂ ਕੱਢ ਲੋ ਧੀ ਬਸੋਣੀ ਐ ਉਹਦੇ ਘਰ ਭਾਈ ਚੰਗਾ ਕੀਤਾ ਨਾ ਮੈਂ ਪੁੱਤ ਮਾੜਾ ਤਾਂ ਤੂੰ ਕਰੀ ਨਹੀਂ ਸਕਦੀ ਤਾਈ ਉਹਨਾਂ ਨੂੰ ਕਹਿਦੀ ਮੈਨੂੰ ਸ਼ਹਿਰ ਚ ਹੀ ਵੇਖ ਲੈਣ ਜਿੱਥੇ ਮੈਂ ਨੌਕਰੀ ਕਰਦਾ ਜੇ ਗੱਲ ਨਾ ਸਿਰੇ ਚੜਦੀ ਹੋਈ ਤਾਂ ਪਿੰਡ ਚ ਪਤਾ ਨਹੀਂ ਲੱਗਣਾ ਨਹੀਂ ਤਾਂ ਤੈਨੂੰ ਪਤਾ ਹੈ ਤਾਈ ਲੋਕ ਐਵੇਂ ਜੀਭਾਂ ਦੀ ਭਕਾਈ ਕਰਨ ਲੱਗ ਪੈਂਦੇ ਆ ਗੱਲ ਸਿਰੇ ਕਿਵੇਂ ਨਾ ਚੜੂ ਪੁੱਤ ਨਾਲੇ ਲੋਕਾਂ ਦਾ ਕੀ ਹੈ ਇਹਨਾਂ ਨੂੰ ਤਾਂ ਆਦਤ ਹੁੰਦੀ ਹੈ ਭਕਾਈ ਕਰਨ ਦੀ ਅੱਜ ਵਾਲੇ ਕਹੀ ਦੇਖ ਲੈ ਕੀ ਕੁਛ ਹੁੰਦਾ ਕਰ ਚ ਲੋਕਾਂ ਦੇ ਵਾਸ ਹੋਵੇ ਤਾਂ ਪਿੰਡੋਂ ਕੱਢ ਦੇਣ ਨਾਲ ਹੀ ਐਵੇਂ ਨਹੀਂ ਫਿਕਰ ਕਰੀਦਾ ਉਮਰ ਦਾ ਤੂੰ ਕਿਤੇ ਬੁੱਢਾ ਹੋ ਗਿਆ ਚੰਗਾ ਤਾਈ ਜਿਵੇਂ ਤੈਨੂੰ ਠੀਕ ਲੱਗੇ ਕਰ ਲਈ ਆਖੇ ਸੱਤੀ ਉੱਠ ਖੜਾ ਸੱਤੀ ਅੰਦਰ ਹੀ ਇੱਕ ਨਵੀਂ ਆਸ ਜਨਮ ਲੈਣ ਲੱਗੀ ਵਿਆਹ ਹੋਣ ਵਾਲਾ ਵਰਕਾ ਤਾਂ ਉਹ ਇੱਕ ਤਰ੍ਹਾਂ ਨਾਲ ਪਾੜੀ ਫਿਰਦਾ ਸੀ ਹੁਣ ਤਾਂ ਕਦੇ ਸੋਚਦਾ ਵੀ ਨਹੀਂ ਸੀ ਵੀਰੋ ਤਾਈ ਨੇ ਉਹਦੇ ਸੁੱਤੇ ਜਜ਼ਬਾਤ ਜਗਾ ਦਿੱਤੇ ਘਰ ਆਉਂਦਾ ਉਹ ਸੋਚ ਰਿਹਾ ਸੀ ਜ਼ਿੰਦਗੀ ਦੇ ਇਸ ਪਾਸੇ ਦਾ ਆਨੰਦ ਵੀ ਜੇ ਮਾਣ ਲਿਆ ਜਾਵੇ ਤਾਂ ਮਾੜੀ ਗੱਲ ਨਹੀਂ ਅਗਲੇ ਦਿਨੇ ਇਹ ਗੱਲ ਉਹਨੇ ਕੋਰੇ ਨਾਲ ਵੀ ਸਾਂਝੀ ਕੀਤੀ ਉਹਨੂੰ ਤਾਂ ਚਾਹ ਚੜ ਗਿਆ ਉਹ ਬੋਲੇ ਉਹ ਰਾਜੀ ਦੀ ਘੂੜੀ ਸੂਪੀ ਫੇਰਤਾ ਆ ਜਾ ਵੇਲੇ ਨਾਲ ਅੱਜ ਪਾਰਟੀ ਮੇਰੇ ਵੱਲੋਂ ਕਹਾਣੀ ਫਿੱਟ ਹੋਈ ਕਿਵੇਂ ਵੀਰੋਤਾਈ ਨੇ ਚੜਾਇਆ ਟਿੱਬਿਆਂ ਤੇ ਪਾਣੀ ਸੱਤੀ ਚੜ੍ਹਦੀ ਕਲਾ 'ਚ ਬੋਲਿਆ ਫਿਰ ਤਾਂ ਖੱਟ ਲਿਆ ਵੀਰੋਤਾਈ ਨੇ ਪੁੱਨ ਉਹਨੇ ਸੱਤੀ ਨੂੰ ਕਲਾਵੇ 'ਚ ਲੈ ਕੇ ਗੇੜਾ ਦਿੱਤਾ ਦੇਖੀ ਦੇਖੀ ਭਰਾਵਾ ਵਿਆਹ ਤੋਂ ਪਹਿਲਾਂ ਹੀ ਨਾ ਕੋਈ ਅੰਗ ਤੋੜ ਕੇ ਬਜੁਰਤਾ ਕਰਨੀ ਸੱਤੀ ਹੱਸਿਆ ਸਦਕੇ ਸਦਕੇ ਸਾਹਿਬੰਨੇ ਮੇਰੇ ਕੱਕੇ ਚ ਕौरा ਪੂਰਾ ਲਚੜਿਆ ਸੀ ਕਹ ਰਿਆ ਹੁਣ ਤਾਂ ਮੇਰੀ ਬੇਬੇ ਵੀ ਸਵੇਰੇ ਉੱਠ ਕੇ ਗੁਰਦੁਆਰੇ ਵੱਲ ਮੂੰਹ ਕਰਕੇ ਮੱਥਾ ਟੇਕਣ ਲੱਗ ਪਈ ਪਹਿਲਾਂ ਤਾਂ ਕਾਮਰੇ ਡਾਂਗੂ ਬਾਬਿਆਂ ਨੂੰ ਲੰਮੇ ਹੱਥੀ ਲੈਂਦੀ ਸੀ ਚੰਗਾ ਮਿਲਦੇ ਆਂ ਰਾਤ ਨੂੰ ਉੱਥੇ ਅੱਡੇ ਚ ਆ ਜੀ ਨਹੀਂ ਤਾਂ ਤੁਰੇ ਫਿਰਦਿਆਂ ਨੂੰ ਬਥਾ ਨੇਰਾ ਹੋ ਜਾਂਦਾ ਸੱਤੀ ਚਲਾ ਗਿਆ ਮਾਲ ਦੀ ਡਿਊਟੀ ਕਰਦਾ ਸੱਤੀ ਅੱਜ ਵੀ ਪੂਰਾ ਚੱਕੰਨਾ ਰਿਹਾ ਜੇ ਹੁਸਨਪ੍ਰੀਤ ਆਵੇ ਤਾਂ ਉਸ ਨਾਲ ਕਿਵੇਂ ਗੱਲ ਕਰਨੀ ਹੈ ਦੁਪਹਿਰ ਵੇਲੇ ਕੁਝ ਉਪਰੇ ਬੰਦੇ ਉਹਨੂੰ ਮਿਲਣ ਆਏ ਨਾਮ ਪੁੱਛਿਆ ਪਿੰਡ ਪੁੱਛਿਆ ਚਲੇ ਗਏ ਸੱਤੀ ਹੈਰਾਨ ਸੀ ਕੌਣ ਹੋਏ ਅੱਜ ਉਹ ਦੂਜੇ ਗਾਰਡ ਨਾਲ ਸੈਟਿੰਗ ਕਰਕੇ ਮੈਨੇਜਰ ਨੂੰ ਦੱਸ ਕੇ ਘੰਟਾਕ ਪਹਿਲਾਂ ਹੀ ਪਿੰਡ ਨੂੰ ਆ ਗਿਆ ਅੱਡੇ 'ਚ ਰੁਕ ਗਿਆ ਦੇਖਿਆ ਪਾਨ ਬੀੜੀਆਂ ਦੀ ਦੁਕਾਨ ਵਾਲਾ ਵਾਲਾ ਭਈਆ ਉੱਥੇ ਨਹੀਂ ਸੀ ਉਹਦਾ ਖੋਖਾ ਬੰਦ ਸੀ ਜਿੰਦਾ ਲੱਗਿਆ ਸੀ ਅੱਜ ਪਹਿਲੀ ਵਾਰ ਅੱਡੇ ਨੂੰ ਉਹ ਧਿਆਨ ਨਾਲ ਵੇਖਣ ਲੱਗਾ ਪਿੰਡ ਦੇ ਇਸ ਵਾਲੇ ਪਾਸੇ ਅੱਡੇ ਦੀਆਂ ਦੁਕਾਨਾਂ ਵੇਖ ਕੇ ਬਾਜ਼ਾਰ ਦਾ ਪ੍ਰਭਾਵ ਪੈਂਦਾ ਸੀ ਹਰ ਵੇਲੇ ਰੌਣਕ ਰਹਿੰਦੀ ਸੀ ਸੜਕ ਅੱਗੇ ਵੱਡੇ ਸ਼ਹਿਰ ਨਾਲ ਜੁੜਦੀ ਹੋਣ ਕਰਕੇ ਕਾਰਾਂ ਗੱਡੀਆਂ ਮੋਟਰਸਾਈਕਲ ਵਾਲਿਆਂ ਦੀ ਆਵਾਜ਼ਾਈ ਲੱਗੀ ਰਹਿੰਦੀ ਸੀ ਅੱਡੇ 'ਚ ਦਿਨ ਦੇ ਛਿਪਣ ਤੱਕ ਟੈਂਪੂ ਮਿੰਨੀ ਬੱਸਾਂ ਚੱਲਦੀਆਂ ਸੀ ਇਧਰ ਹੀ ਲਾਲਿਆਂ ਦਾ ਗੋਡਾਊਨ ਸੀ ਜਿੱਥੇ ਬਲੰਤਾ ਕੰਮ ਕਰਦਾ ਸੀ ਦੁਕਾਨਾਂ ਵਾਲਿਆਂ ਨੂੰ ਹੋਟਲਾਂ ਨੂੰ ਮੈਰਿਜ ਪੈਲੇਸਾਂ ਨੂੰ ਉਹਨਾਂ ਦਾ ਮਾਲ ਸਪਲਾਈ ਹੁੰਦਾ ਸੀ ਵਿਆਹ ਸ਼ਾਦੀਆਂ ਵੇਲੇ ਕੈਟਰਿੰਗ ਦਾ ਕੰਮ ਵੀ ਸੀ ਇਥੇ ਫੋਟੋਗ੍ਰਾਫਰ ਡਾਕਟਰ ਹਲਵਾਈ ਕਰਿਆਣੀ ਵਾਲੇ ਸਕੂਟਰ ਮੈਕੈਨਿਕ ਟਾਇਰ ਪੈਂਚਰ ਵਾਲੇ ਸਭਨਾਂ ਦਾ ਰੋਜ਼ਗਾਰ ਚੱਲ ਰਿਹਾ ਸੀ ਸੱਤੀ ਹੈਰਾਨ ਸੀ ਪਹਿਲਾਂ ਮੈਂ ਕਦੀ ਇੰਨਾ ਧਿਆਨ ਹੀ ਨਹੀਂ ਦਿੱਤਾ ਇਹ ਤਾਂ ਪੂਰਾ ਸ਼ਹਿਰ ਬਣਿਆ ਪਿਆ ਉਹਨੇ ਵੇਖਿਆ ਸਾਹਮਣੇ ਉਹ ਕੌਰਾ ਤੁਰਿਆ ਆ ਰਿਹਾ ਸੀ ਵੇਖ ਕੇ ਦੋਹਾਂ ਦੇ ਚਿਹਰਿਆਂ ਤੇ ਮੁਸਕਰਾਟ ਆ ਗਈ ਉਹ ਠੇਕੇ ਦੇ ਨਾਲ ਵਾਲੀ ਪੁਕੜਿਆਂ ਵਾਲੀ ਦੁਕਾਨ ਅੱਗੇ ਜਾ ਖੜੇ ਇਹ ਸਾਲਾ ਜੋਰੂ ਦਾ ਮਾਮਾ ਭਈਆ ਕਿੱਧਰ ਚਲਾ ਗਿਆ ਬੰਦ ਖੋਖਾ ਵੇਖ ਕੇ ਕੌਰੇ ਨੇ ਜਿਵੇਂ ਆਪਣੇ ਆਪ ਨੂੰ ਹੀ ਪੁੱਛਿਆ ਕੀ ਪਤਾ ਤੇਰੇ ਅਰਗੇ ਲਈ ਕੋਈ ਆਪਣੀ ਕੋਈ ਹੋਰ ਭਾਂਜੀ ਲੈਣ ਗਿਆ ਹੋਵੇ ਸੱਤੀ ਨੇ ਹੱਸਦਿਆਂ ਛੇੜਿਆ ਭਈਆ ਕਿਤੇ ਇਹੀ ਧੰਦਾ ਤਾਂ ਨਹੀਂ ਕਰਦਾ ਕਾਰੇ ਨੇ ਪੁੱਛਿਆ ਪਦਮਨ ਪੁੱਛ ਲਈ ਅੱਜ ਕਿੱਥੇ ਆ ਤੇਰਾ ਮਾਮਾ ਪਕੌੜਿਆਂ ਦੀ ਦੁਕਾਨ ਵਾਲਾ ਉਹਨਾਂ ਦੀਆਂ ਗੱਲਾਂ ਸੁਣ ਕੇ ਬੋਲਿਆ ਖੋਖੇ ਨੂੰ ਜੰਦਾ ਲੱਗੇ ਨੂੰ ਤਾਂ 6-7 ਦਿਨ ਹੋ ਗਏ ਅਸੀਂ ਇੱਧਰ ਆਈ ਨਹੀਂ ਦਿਨ ਕਦ ਕਦੇ ਗਿਆ ਹੋਣਾ ਆਪਣੇ ਦੇਸ਼ ਸਾਲਾ ਪਦਮਨ ਨੂੰ ਵੀ ਮਿਲ ਕੇ ਨਹੀਂ ਗਿਆ ਉਹਨੂੰ ਵੀ ਨਹੀਂ ਪਤਾ ਮਾਮਾ ਦੇਸ਼ ਗਿਆ ਹੋਇਆ ਪੁੱਛੂੰਗਾ ਅੱਜ दारू पिंदे इधर उधर दीया गल्लां करदे रहे कदे जवाला सिंह दीया कदे जगदेव मास्टर दीया कदे पंडित दे ते फंगण वाले ਝਗੜੇ ਦੀਆਂ ਗੱਲਾਂ ਕਰਦਿਆਂ ਕੋਰੇ ਨੇ ਇੱਕਦਮ ਪ੍ਰਸੰਗ ਬਦਲਦਾ ਫੇਰ ਕਿਸ ਦਿਨ ਖਵਾਣਾ ਹੈ ਲੱਡੂ ਅਗਲੇ ਐਤਵਾਰ ਛੁੱਟੀ ਹੈ ਮੇਰੀ ਵੀਰੋ ਤਾਈ ਨੂੰ ਆਖ ਦਿੱਤਾ ਹੈ ਸ਼ਾਇਦ ਰੋਕ ਕਰਨ ਆਉਣਗੇ ਤੇ ਫੇਰ ਅਗਲੇ 15ਵੇਂ ਦਿਨ ਵਿਆਹ ਸੱਤੀਪੂਰਾ ਪ੍ਰੋਗਰਾਮ ਬਣਾਈ ਬੈਠਾ ਸੀ ਸਵਾਲਾਂ ਵਾਂ ਫੇਰ ਕੋਈ ਨਵਾਂ ਕੁੜਤਾ ਪਜਾਮਾ ਕੋਰੇ ਨੇ ਖੁਸ਼ ਹੁੰਦਿਆਂ ਪੁੱਛਿਆ ਮੈਂ ਤਾਂ ਆਪ ਦਰਜੀ ਕੋਲ ਜਾਣਾ ਅੱਬਲ ਤਾਂ ਸ਼ਹਿਰੋਂ ਰੈਡੀमेड ਹੀ ਲੈ ਲਵਾਂ ਤੂੰ ਤਿਆਰੀ ਖੇਚ ਲੈ ਆਪੋ ਪੰਜ ਬੰਦਿਆਂ ਨੇ ਜਾ ਕੇ ਲਾਵਾਂ ਲੈ ਆਉਣੀ ਐ ਮੇਰਾ ਅੱਜ ਫਿਰ ਮਿਰਜਾ ਗਾਉਣ ਨੂੰ ਜੀ ਕਰਦਾ ਸੱਤੀ ਸਹਬਾ ਕਿਹੜੀ ਪਦਮਣੀ ਉਹ ਵੀ ਰੰਨਾ ਵਰਗੀ ਰੰਨਾ ਉੱਠ ਕੇ ਕੋਰੇ ਨੇ ਬਾਹਾਂ ਖਿਲਾਰ ਲੀਆਂ ਤਾਂ ਸੱਤੀ ਨੇ ਉਹਨੂੰ ਧੱਕੇ ਨਾਲ ਬਿਠਾ ਲਿਆ ਵਿਆਹ ਵਾਲੇ ਦਿਨ ਤਨ ਖੁੱਲੀ ਛੁੱਟੀ ਕਰ ਲਈ ਰਾਂਝਾ ਰਾਜੀ ਗੱਲਾਂ ਕਰਦੇ ਕਰਦੇ ਉੱਠ ਕੇ ਤੁਰ ਪਏ ਫਿਰ ਆਪੋ ਆਪਣੇ ਘਰਾਂ ਵੱਲ ਮੁੜ ਪਏ ਕੋਰੇ ਨੇ ਆਵਾਜ਼ ਮਾਰ ਕੇ ਸੱਤੀ ਨੂੰ ਰੋਕ ਲਿਆ ਸੱਤੀ ਕੋਲੇ ਆਉਣ ਤੇ ਕੋਰੇ ਨੇ ਕਿਹਾ ਯਾਰ ਮੈਨੂੰ ਪਦਮਾ ਜੀ ਸਵੇਰ ਦੀ ਔਟਲੀ ਔਟਲੀ ਜੀ ਲੱਗਦੀ ਆ ਤੀਵੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਪਤਾ ਨਹੀਂ ਹੁੰਦਾ ਘਰ ਜਾ ਡੀਕਦੀ ਹੋਊਗੀ ਤੈਨੂੰ ਆ ਕੇ ਸੱਤੀ ਧੁਰ ਪਿਆ ਘਰ ਵੱਲ ਜਾਂਦਾ ਕੋਰਾ ਸੱਤੀ ਬਾਰੇ ਸੋਚ ਰਿਹਾ ਸੀ ਇਹ ਵੀ ਅਜੀਬ ਹੀ ਐ ਬੰਦਾ ਭਲਾ ਇਹਨੂੰ ਕਿਵੇਂ ਪਤਾ ਲੱਗਿਆ ਤੀਵੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਸਤੀ ਅਜੇ ਘਰ ਨੇ ਸੀ ਪੁੱਜਿਆ ਮੋਬਾਈਲ ਦੀ ਘੰਟੀ ਵੱਜੀ ਦੇਖਿਆ ਹੁਸਨਪ੍ਰੀਤ ਦਾ ਨੰਬਰ ਸੀ ਉਹਨੇ ਝਿਜਕਦਿਆਂ ਹੌਲੀ ਜੀ ਹੈਲੋ ਕਿਹਾ ਸਤੀ ਪਲੀਜ਼ ਮੈਨੂੰ ਗਲਤ ਨਾ ਸਮਝੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਉਦੋਂ ਤੱਕਦੀਰ ਨੇ ਬਹੁਤ ਕੁਝਾ ਮਜ਼ਾਕ ਕੀਤਾ ਮੇਰੇ ਨਾਲ ਮੈਂ ਤੈਨੂੰ ਕੱਲ ਮਿਲਾਂਗੀ ਪਲੀਜ਼ ਉੱਥੇ ਹੀ ਰਹੀਂ ਸੁਣਦਾ ਨਾ ਸਤੀ ਹੈਲੋ ਸਤਵੰਦ ਹਾਂ ਹਾਂ ਮਿਲਾਂਗੇ ਕੱਲ ਪਤਾ ਨਹੀਂ ਕਿਵੇਂ ਸਤੀ ਦੇ ਮੂੰਹੋਂ ਨਿਕਲ ਗਿਆ ਤੇ ਬਾਕੀ ਦੀ ਰਾਤ ਉਹਨੇ ਉਸਲਵੱਟੇ ਹੀ ਲੈਂਦਿਆਂ ਕੱਟੀ ਅੰਗ 21 ਸ਼ਹਿਰ ਜਾਂਦੇ ਸਤੀ ਦੀ ਅਜੀਬ ਸਥਿਤੀ ਸੀ ਕੀ ਕਹਿਣਾਏਗੀ ਹਸਨਪ੍ਰੀਤ ਗੱਲ ਅੱਗੇ ਵਧਾਉਣੀ ਚਾਹੀਦੀ ਹੈ ਜਾਂ ਨਹੀਂ ਉਹ ਵਿਆਹੀ ਹੋਈ ਹੈ ਮੇਰਾ ਮੰਗਣਾ ਹੋਣ ਵਾਲਾ ਹੈ ਜੇ ਕੱਲ ਨੂੰ ਇਹ ਭੇਦ ਖੁੱਲਦਾ ਤਾਂ ਮੈਨੂੰ ਹੀ ਮੂਰਖ ਕਹਿਣਗੇ ਮੂਰਖ ਨਹੀਂ ਦੋਖੀ ਵੀ ਆਖ ਸਕਦੇ ਹਨ ਪਰ ਉਹਦੀਆਂ ਅੱਖਾਂ ਮੂਰੇ ਉਹਦਾ ਭਰਿਆ ਜਿਸਮ ਅੱਖਾਂ 'ਚ ਤਰਲਾ ਵਾਰਸ ਪੈਦਾ ਕਰਨ ਦੀ ਭੁੱਖ ਜਿਸਮਾਂ ਦੀ ਛੋਹ ਦਾ ਆਨੰਦ ਡਰਾਈਂਗ ਰੂਮ 'ਚ ਉਹ ਦ੍ਰਿਸ਼ ਫਿਰ ਜੰਝ ਖੋਰ ਵੱਡ ਕਰਨ ਲੱਗਾ ਮੈਨੂੰ ਤਾਂ ਲੱਗਦਾ ਛੇਤੀ ਸੱਤੀ ਤੇਰੀ ਕਿਸਮਤ ਚਮਕ ਜਾਣੀ ਹੈ ਉਹਦੇ ਅੰਦਰੋਂ ਦੂਜੇ ਸੱਤੀ ਨੇ ਉਹਨੂੰ ਉਕਸਾਇਆ ਕਿਵੇਂ ਤਰਲੇ ਲੈਂਦੀ ਹੈ ਹਰ ਕਿਸੇ ਅੱਗੇ ਤਾਂ ਇੰਨਾ ਨਿਰਲੱਜ ਨਹੀਂ ਹੋਇਆ ਜਾਣਾ ਆਖਦੀ ਸੀ ਇਸ ਘਰ ਨੂੰ ਇੱਕ ਵਾਰਸ ਚਾਹੀਦਾ ਹੈ ਇਹ ਭਾਵਨਾ ਮੈਂ ਉਸੇ ਨਾਲ ਹੀ ਸਾਂਝੀ ਕਰ ਸਕਦੀ ਹਾਂ ਨਹੀਂ ਤਾਂ ਮੈਂ ਸੁਸਾਇਸਾਈਡ ਕਰ ਲੈਣਾ ਆਖਦੀ ਸੀ ਜੇ ਜ਼ਮੀਨ ਚ ਹਲਣਾ ਵਗੇ ਫਸਲ ਕਿਵੇਂ ਹੋਏਗੀ ਜੇ ਇਸ ਘਰ ਨੂੰ ਵਾਰਸ ਮਿਲ ਜੇ ਇਹ ਤੋਂ ਵੱਡਾ ਉਪਕਾਰ ਕੀ ਹੋਏਗਾ ਇਹ ਉਪਕਾਰ ਤੂੰ ਹੀ ਕਰ ਸਕਦਾ ਸੱਤੀ ਕਿ ਮਿਉ ਨੇ ਭਰੀਆਂ ਅੱਖਾਂ ਨਾਲ ਮੇਰੇ ਦੋਵੇਂ ਹੱਥ ਫੜ ਲਏ ਸੀ ਕੀ ਹੋ ਗਿਆ ਅਚਾਨਕ ਟੈਲੀਫੋਨ ਖੜਕਣ ਤੇ ਕੋਰਾ ਤਾਂ ਸ਼ਰਾਬੀ ਬੜਕਾ ਮਾਰਦਾ ਸੀ ਮੈਂ ਹੁੰਦਾ ਟੈਲੀਫੋਨ ਦੀਆਂ ਤਾਰਾਂ ਫੁੱਟ ਦਿੰਦਾ ਕਹਿੰਦਾ ਸੀ ਤੀਵੇਂ ਤਾਂ ਇਹੋ ਜਿਹਾ ਖੂ ਦਾ ਮਿੱਠਾ ਪਾਣੀ ਹੈ ਬੰਦੇ ਦੀ ਸਦੀਆਂ ਦੀ ਪਿਆਸ 부ਝਾ ਦਿੰਦੀ ਹੈ ਸੱਚ ਮੁੱਚ ਮੈਂ ਮਿੱਠੇ ਪਾਣੀ ਤੋਂ ਦੇ ਝਰਨੇ ਤੋਂ ਪਿਆਸਾ ਮੁੜ ਆਇਆ ਕੋਰਾ ਤਾਂ ਬਾळा ਹੀ ਅੱਗੇ ਵਧ ਗਿਆ ਸੀ ਕਹਿੰਦਾ ਸੀ ਜੇ ਮੈਂ ਹੁੰਦਾ ਤਾਂ ਪਹਿਲਾਂ ਨੋਟ ਪਾਉਂਦਾ ਜੇਬ 'ਚ ਫਿਰ ਉਹਦੀ ਲੋੜ ਤੱਕ ਉੱਥੇ ਰਹਿੰਦਾ ਪਰ ਹੁਸਨ ਪ੍ਰੀਤੀ ਭਾਵਨਾ ਦੇ ਅੱਗੇ ਇਹਨਾਂ ਨੋਟਾਂ ਦਾ ਕੀ ਮੁੱਲ ਹੈ ਇਹ ਤਾਂ ਉਹਦੀ ਭਾਵਨਾ ਦਾ અપਮਾਨ ਕਰਨ ਵਾਲੀ ਗੱਲ ਹੈ ਕਾਲਜ ਚ ਦੋਸਤੀ ਉਹਦੀ ਅਮੀਰੀ ਕਰਕੇ ਥੋੜਾ ਹੀ ਹੋਈ ਸੀ ਮੇਰੀ ਆਪਣੀ ਜ਼ਿੰਦਗੀ ਤੇ ਵੀ ਅਸੂਲ ਨੇ ਕੁਝ ਮੇਰੀ ਅਣਖ ਮੇਰਾ ਮਾਣ ਮੇਰਾ ਮੁੱਲ ਮੇਰੇ ਅਸੂਲ ਜੇ ਹੀ ਚਲੇ ਗਏ ਬੰਦੇ ਕੋਲ ਰਹਾ ਕਿ ਕੋਰਾ ਤਾਕਦਾ ਸੀ ਖੂਚ ਅਸੂਲਾਂ ਨੂੰ ਗੱਲ ਤਾਂ ਕਰੇ ਦੀ ਵੀ ਠੀਕ ਲੱਗਦੀ ਹੈ ਹਰ ਵੇਲੇ ਅਸੂਲਾਂ ਤੇ ਹੀ ਚੱਲਣਾ ਕੋਈ ਅਕਲਮੰਦੀ ਨਹੀਂ ਲੱਗਦੀ ਆ ਜਵਾਲੇ ਦਾ ਟੱਬਰ ਅਸੂਲ ਤੇ ਚੱਲਦਾ ਹੈ ਪੁਰਬਥੇਰੀ ਹੋਣੀ ਆ ਪਿੰਡ ਚ ਇਹੋ ਜੇ ਫਿਰ ਉਹਦੀ ਸੂਈ ਫੁਸੰਕ੍ਰੀਤੇ ਜਾਟ ਗਈ ਆਗਦੀ ਸੀ ਨਰਕਰਗੀ ਜ਼ਿੰਦਗੀ ਜਿਉ ਰਹੀ ਆ ਮੈਂ ਸੋਚਦਾ ਸੀ ਇਹ امیر ਲੋਕ ਤਾਂ ਜਿਵੇਂ ਸਵਰਗ ਚ ਰਹਿੰਦੇ ਹੋਣਗੇ ਮौजਾਂ ਕਰਦੇ ਹੋਣਗੇ ਆਗਦੀ ਸੀ ਕਾਲੇ ਦੀ ਉਹ ਕੁੜੀ ਤਾਂ ਕਦੋਂ ਦੀ ਮਰ ਚੁੱਕੀ ਐ ਸਤੀ ਕਹਿੰਦੀ ਸੀ ਮੈਂ ਤਾਂ ਜਿਵੇਂ ਆਪਣੀ লাশ ਨੂੰ ਧੁਈ ਫਿਰਦੀ ਆ ਕੀ ਕਰਾਂ ਕਰੋੜਾਂ ਦੀ ਜਾਇਦਾਦ ਨੂੰ ਕੀ ਕਰਨੀ ਆ ਮੈਂ ਜਾਇਦਾਦ ਸਤੀ ਪਹਿਲਾਂ ਉਸ ਉੱਤੇ ਰਸ਼ ਕਰਦਾ ਸੀ ਉਹਨਾਂ ਨੂੰ ਹੁਸਨਪ੍ਰੀਤ ਤੇ ਤਰਸ ਆ ਰਿਹਾ ਸੀ ਉਸ ਨਾਲ ਹਮਦਰਦੀ ਹੋ ਗਈ ਕਿੰਨੀ ਦੁਖੀ ਹੋਊਗੀ ਕਿੰਨਾ ਸੰਤਾਪ ਭੋਗਿਆ ਹੋਣਾ ਉਹਨੂੰ ਮੈਂ ਵੀ ਕਿਹਾ ਸੀ ਹੁਸਨਪ੍ਰੀਤ ਇੰਨਾ ਨਿਰਾਸ਼ ਨਹੀਂ ਹੋਈਦਾ ਉਹ ਤਾਂ ਕਹਿੰਦੀ ਹੈ ਇਹਦੇ ਨਾਲੋਂ ਤਾਂ ਮੈਂ ਵਿਧਵਾ ਹੋ ਜਾਂਦੀ ਚੰਗੀ ਸੀ ਸਤੀ ਨੇ ਲੰਮਾ ਸਾਹ ਲੈ ਕੇ ਛੱਡਿਆ ਸ਼ਹਿਰ ਆ ਗਿਆ ਉਹਨੇ ਸਿਰ ਝਟ ਕੇ ਆਇਆਂਾਂ ਭਾਵਨਾਵਾਂ ਦੇ ਝੋਡੂ ਓਡਾਰੀ ਮਾਰ ਗਏ ਸ਼ਹਿਰ ਲੰਕਯੂ ਮਾਲ ਚ ਆ ਗਿਆ ਦੁਪਹਿਰੀ ਲੰਚ ਤੋਂ ਬਾਅਦ ਜਦ ਸਤੀ ਗੇਟ ਦੀ ਡਿਊਟੀ ਉੱਪਰ ਆਇਆ ਬਾਹਰ ਹੁਸਨਪ੍ਰੀਤ ਆਪਣੀ ਕਾਰ ਦੇ ਲਾਗੇ ਖੜੀ ਸੀ ਸਤੀ ਨੂੰ ਵੇਖਦਿਆਂ ਉਦਾਸ ਜਿਹੀ ਹੱਸੀ ਲਾਗੇ ਆ ਕੇ ਹੌਲੀ ਜਿਹੀ ਕਿ ਸਤੀ ਜੋ ਘਰੇ ਹੋਇਆ ਉਸ ਲਈ ਸੌਰੀ ਕਿਉਂ ਸੋਚਦੀ ਐ ਇਸ ਤਰ੍ਹਾਂ ਕੀ ਕਰਾਂ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਐ ਇਸ ਤੇਰਾ ਕੀ ਦੋਸ਼ ਐ ਸਤੀ ਨੇ ਉਹਨੂੰ ਸਹਿਜ ਕਰਨਾ ਚਾਹਿਆ ਪਤਾ ਨਹੀਂ ਕਿਉਂ ਸਤੀ ਖੁਸ਼ੀ-ਦਰਾਂ ਤੇ ਆ ਕੇ ਕਿਉਂ ਮੁੜ ਜਾਂਦੀ ਐ ਸਤੀ ਨੂੰ ਕੁਝ ਨਹੀਂ ਸੁਝਿਆ ਕੀ ਕਹੇ ਮੋਲ ਦੇ ਅੰਦਰ ਵੱਲ ਵੇਖਿਆ ਕੋਈ ਉਹਨੂੰ ਤਾੜਦਾ ਤਾਂ ਨਹੀਂ ਪਰ ਸਭ ਆਪਣੇ ਆਪੋ ਆਪਣੇ ਕਾਰਜਾਂ 'ਚ ਰੁੱਝੇ ਹੋਏ ਸੀ ਸਤੀ ਮੇਰੇ ਵੱਲ ਵੇਖ ਪਲੀਜ਼ ਹੁਸਨਪ੍ਰੀਤ ਦੇ ਬੋਲਾਂ 'ਚ ਤਰਲਾ ਸੀ ਸਤੀ ਨੇ ਆਗਿਆਕਾਰੀ ਸ਼ਿਸ਼ਵਾਂਗ ਉਸ ਵੱਲ ਤੱਕਿਆ ਖਿੜਿਆ ਹੋਇਆ ਬਦਾਮੀ ਰੰਗ ਮੱਠੀ ਮੱਠੀ ਵਗਦੀ ਪੌਂਡ 'ਚ ਚਿਹਰੇ ਤੇ ਝੂਲਦੀ ਵਾਲਾਂ ਦੀ ਲਟ ਚਿਹਰੇ ਉੱਪਰ ਸਦੀਆਂ ਦੀ ਪਿਆਸ ਕੀ ਵੇਖਦਾ ਹੈ ਹੁਸਨਪ੍ਰੀਤ ਬੋਲੀ ਉਹ ਵੇਖਣ ਲਈ ਕਿਹਾ ਸੀ ਸਤੀ ਬਧੂਆ ਵਾਂਗ ਬੋਲਿਆ ਉਦਾਸੀ ਵਿੱਚ ਵੀ ਹੁਸਨਪ੍ਰੀਤ ਮੁਸਕਰਾ ਪਈ ਥੋੜਾ ਹੋਰ ਨੇੜੇ ਹੋ ਕੇ ਬੋਲੇ ਜੇ ਮੈਂ ਅੱਜ ਤੈਨੂੰ ਪਿੰਡ ਨਾ ਜਾਣ ਦੇਵਾਂ ਇੰਨਾ ਨੇੜੇ ਹੋਣ ਤੇ ਸਤੀ ਘਬਰਾ ਗਿਆ ਇੱਕਦਮ ਪਿੱਛੇ ਹਟਿਆ ਪਰ ਹੁਸਨਪ੍ਰੀਤ ਦੇ ਜਿਸਮ ਦੀ ਮਹਿਕ ਦੇ ਸੁੱਖ ਦਾ ਅਹਿਸਾਸ ਉਸਦੇ ਦੁਆਲੇ ਠਹਿਰ ਗਿਆ ਉਹ ਗੁੰਗਿਆ ਵਾਂਗ ਪੁਚੱਕਾ ਜਿਹਾ ਹੋਇਆ ਉਹਨੂੰ ਦੇਖਣ ਲੱਗਾ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਸਤੀ ਉਹ ਬੋਲੀ ਕੋਈ ਖਾਸ ਕੰਮ ਹੈ ਉਹ ਆਖਤਾ ਬੈਠਾ ਪਰ ਖੁਦ ਨੂੰ ਛਿੱਥਾ ਜਿਹਾ ਮਹਿਸੂਸ ਕਰਨ ਲੱਗਾ ਸੋਚੇ ਮੈਨੂੰ ਜ਼ਰੂਰ ਬੁੱਧੂ ਸਮਝਦੀ ਹੋਊਗੀ ਹੁਸਨਪ੍ਰੀਤ ਨੇ ਉਹਦੀ ਚੁੱਪ ਦਾ ਬੁਰਾ ਨਾ ਮਨਾਇਆ ਫਿਰ ਪੁੱਛ ਅੱਜ ਰੁਕ ਜਾ ਪਲੀਜ਼ ਘਰ 'ਚ ਛੋਟਾ ਜਿਹਾ ਫੰਕਸ਼ਨ ਰੱਖਿਆ ਤੈਨੂੰ ਆਖਣ ਨੂੰ ਚੇਚਾ ਆਈਆਂ ਸਤੀ ਨੂੰ ਫੇਰ ਕੋਰਾ ਯਾਦ ਆਇਆ ਉਹਦੇ ਸੰਕੋਚੀ ਜਿਹੇ ਚਿਹਰੇ ਤੇ ਮੁਸਕਰਾਹਟ ਆ ਗਈ ਅੱਧਾ ਕੋ ਸਹਿਮਤੀ ਨਾਲ ਬੋਲਿਆ ਸਾਡੇ ਸੱਤ ਅੱਠ ਤਾਂ ਇੱਥੇ ਮੌਲਜੀ ਵੱਜ ਜਾਂਦੇ ਆ ਫੰਕਸ਼ਨ ਕਿੰਨੇ ਵਜੇ ਆ ਜਦੋਂ ਤੂੰ ਆ ਗਿਆ ਉਦੋਂ ਸ਼ੁਰੂ ਕਰ ਲਾਂਗੇ ਉਧਰ ਰਾਤ ਨੂੰ ਹਨੇਰਾ ਤਾਂ ਨਹੀਂ ਹੁੰਦਾ ਰਾਹ ਵੀ ਸੁਨਣਾ ਸਾਈਕਲ ਇੱਥੇ ਛੱਡ ਦੇ ਮੈਂ ਗੱਡੀ ਭੇਜ ਦਵਾਂਗੀ ਸਤੀ ਨੂੰ ਇਹ ਸਜੀਬ ਰਹਾਸ ਨੇ ਘੇਰ ਲਿਆ। ਉਹਦੀ ਆਪਣੀ ਦੁਨੀਆ ਨਾਲੋਂ ਹੁਸਨਪ੍ਰੀਤ ਦੀ ਤਾਂ ਕੋਈ ਹੋਰ ਹੀ ਦੁਨੀਆ ਸੀ। ਉਹਨੂੰ ਸਮਝ ਨਹੀਂ ਸੀ ਆਉਂਦੀ ਮੈਂ ਇਸ ਨਾਲ ਕਿਵੇਂ ਵਿਹਾਰ ਕਰਾਂ। ਪੇਕਿਆਂ ਤੋਂ ਵੀ ਤੇ ਸੌਹਰਿਆਂ ਤੋਂ ਵੀ ਇੰਨੀ ਅਮੀਰ ਕੁੜੀ ਕਾਲਜ ਵੇਲੇ ਭਾਵੇਂ ਦੋਸਤ ਸੀ ਪਰ ਹੁਣ ਮੇਰੇ ਲਈ ਤਾਂ ਇਸ ਤਰ੍ਹਾਂ ਖੜਨਾ ਫਿਰਦੀ ਕੋਠੀ ਜਾਣਾ ਉੱਥੇ ਜਿਵੇਂ ਆਖਦੀ ਐ ਫੰਕਸ਼ਨ ਐ ਸਭ ਵਰਜਿਤ ਐ। ਸਾਡੇ ਕੋ 7:00 ਵਜੇ ਡਰਾਈਵਰ ਗੱਡੀ ਲੈ ਕੇ ਆ ਜਾਏਗਾ ਸਤੀ ਆਖ ਕੇ ਬਿਨਾਂ ਉਹਦਾ ਜਵਾਬ ਸੁਣੇ ਸਰ ਪ੍ਰੀਤ ਗੱਡੀ 'ਚ ਜਾ ਬੈਠੀ ਸਤੀ ਉੱਥੇ ਠੱਗਿਆ ਜਿਹਾ ਖੜਾ ਦੇਖਦਾ ਰਹਿ ਗਿਆ ਧੰਨਵਾਦ ਚਲਦਾ